दिवाली लैके वाजा पूरा तामा जामा पटाके पटूके जागो कड़न लगे। सो मित्रों दिवाली आने वाली है, दिवाली दी तैयारियां पूरियां जोरां शोरां ते चल रही हैं। ते इधर कहिंदे पकौड़े शकौड़े बन रहे, अज पकौड़े शकौड़े ये केड़ी खुशी बन रहे दसिया जावे सारिआं नूं। अज मेरे भरा ने दिवाली लैके आउणी है पूरे 14 सालां बाद। निक्का हुंदा जदों मेरा विआह होया सी उदों आउंदा हुंदा सीगा, ते बाहर करके द्वारे आए नहीं सके, ते आज की 14 सालां बाद इन्ने टाइम बाद उन्हें आउणा। तुहाडा भला 14 सालां बाद ते ओहदीआं तैयारियां हो रहीआं। मामा जी मामी जी होना ने उन्हां नाल गुगलू जी ने तैयारियां चल रही। वैसे मामा जी इंडिया आउंदे तां रहे आ, 3-4 वारी मैनूं लगदा आए होणे, पर दिवाली देण ऐरकी 14 ਸਾਲਾਂ ਬਾਅਦ ਆਉਣਾ, ਕਿਉਂਕਿ 14 ਸਾਲਾਂ ਬਾਅਦ ਹੀ ਯਾਰ ਕੀ ਸਪੈਸ਼ਲ ਦੀਵਾਲੀ ਵੇਖਣੀ ਆਏ ਆ, ਤੇ ਪਟਾਕੇ ਪਟੂਕੇ ਫੁੱਲ ਚੱਲਣੇ ਆ। ਇੱਧਰ ਤਿਆਰੀਆਂ ਘਰ 'ਚ ਫੁੱਲ ਚੱਲ ਰਹੀਆਂ ਮੇਰੇ ਵੀਰੋ। ਮਾਮੀ ਜੀ ਕਹਿੰਦੇ ਇਹ ਪਕੌੜੇ ਖਾਣੇ, ਕਿਉਂਕਿ ਮੰਮੀ ਪਕੌੜੇ ਬਹੁਤ ਸਵਾਦ ਬਣਾਉਂਦੇ। ਪਕੌੜੇ ਕਿਹੜੇ ਕਿਹੜੇ ਬਣ ਰਹੇ ਆ? ਗੋਭੀ ਵਾਲੇ, ਬੈਂਗਣੀ ਵਾਲੇ, ਪਨੀਰ ਵਾਲੇ। ਲਓ ਵੀ ਸਾਰਾ ਕੁਝ ਤੁਹਾਨੂੰ ਦੱਸਿਆ, ਆਪਾਂ ਘਰ ਦਾ ਹੀ ਸਾਰਾ ਕੁਝ ਬਣਾਈਦਾ। ਤੁਹਾਨੂੰ ਵੀ ਕਹੀਦਾ ਘਰੇ ਬਣਾਓ ਤੇ ਖਾਓ। ਆਉਣ ਤੋਂ ਪਹਿਲਾਂ ਆਪਾਂ ਕੱਚੇ ਕਰਕੇ ਰੱਖ ਲਏ ਆ, ਜਦੋਂ ਆਏ ਇੱਕ ਪਾਸੇ ਆਪਾਂ ਚਾਹ ਧਰ ਲੈਣੀ ਆ, ਇੱਕ ਪਾਸੇ ਪਕੌੜੇ, ਪਕੌੜਾ ਪਕੌੜੀ ਹੋ ਜਾਣਾ। ਲਓ ਵੀ ਮੰਮੀ ਬਾਲੇ ਸਵਾਦ ਬਣਾਉਂਦੇ ਘੈਂਟ। ਇੱਧਰ ਆ ਗੋਭੀ ਵਾਲੇ, ਇੱਧਰ ਬੈਂਗਣ ਵਾਲੇ, ਇਹ ਕੱਚੇ ਕਰਕੇ ਰੱਖ ਲਏ ਆਪਾਂ। ਬੈਂਗਣੀ ਆਪਣੇ ਘਰੇ ਹੀ। ਕਿਤਨੀ ਖੁਸ਼ੀ ਆਪਕੋ, ਆਪਕਾ ਭਈਆ ਆ ਰਿਹਾ ਅੱਜ। ਬਹੁਤ ਜ਼ਿਆਦਾ ਖੁਸ਼ੀ। ਫੇਰ ਤੁਹਾਨੂੰ ਦੱਸਦੇ ਆ, ਮਾਮਾ ਜੀ ਨੇ ਤੇ ਉਹਨਾਂ ਨਾਲ ਗੁਗਲੂ ਜੀ ਨੇ ਪਹਿਲੀ ਵਾਰੀ ਆਪਣੇ ਘਰੇ ਆਉਣਾ ਵਾ, ਕਿਉਂਕਿ ਉਹ ਨਿੱਕਾ ਜਿਹਾ ਹੀ ਹੁੰਦਾ, ਉਹ ਬਾਹਰ ਹੀ ਹੋਇਆ ਸੀ। ਐਰਕੀ ਉਹਨੇ ਪਹਿਲੀ ਵਾਰੀ ਆਉਣਾ ਘਰੇ, ਤੇ ਐਰਕੀ ਨੂੰ ਬੇਬੇ ਨਾਲ ਮਿਲਾਉਣਾ ਅਤੇ ਸਰ ਨਾਲ ਮਿਲਾਵਾਂਗੇ। ਲਓ ਵੀ ਆਪਾਂ ਨਿੱਕੂ ਵਾਸਤੇ ਸਾਰਾ ਸਮਾਨ ਲਿਆ ਕੇ ਰੱਖਤਾ, ਕਿਉਂਕਿ ਉਹਨੇ ਇਹਨਾਂ ਨਾਲ ਹੀ ਖੇਡਣਾ। ਜਿਹਨੂੰ ਨਿਆਣ ਲਿਆ ਕੇ ਦਿੱਤਾ ਉਹਨੇ ਰੋਈ ਜਾਣਾ, ਉਹਨੇ ਮੇਰੇ ਕੋਲੇ ਆਉਂਦਾ ਨਾ, ਬੜਾ ਭੜਾ ਕਿਸੇ ਕੋਲੇ ਆਉਂਦਾ ਨਹੀਂ ਜਿਹੜਾ ਤੁਸੀਂ ਵੇਖਿਆ ਕਿਊਟ ਜਾਂ ਜੁਰਾਵਰ। ਸੋ ਉਹਦੇ ਵਾਸਤੇ ਆਪਾਂ ਸਾਰਾ ਲਿਆਦਾ, ਕਿਉਂਕਿ ਜਵਾਕਾਂ ਨੂੰ ਲਾਲਚ ਦੇਣਾ ਪੈਂਦਾ, ਫੇਰ ਹੀ ਕੋਲੇ ਆਉਂਦੇ। ਇੰਨਾ ਟਾਈਮ ਆਉਂਦੇ ਨੇ, ਬੜੇ ਤੇਜ਼ ਹੋ ਗਏ ਜਵਾਕ ਅੱਜ ਕੱਲ੍ਹ ਦੇ। ਇਹ ਇੱਧਰ ਕਿਹੜੇ ਬਣ ਰਹੇ ਆ? ਪਨੀਰ ਵਾਲੇ, ਪਨੀਰ ਪਕੌੜਾ ਜੀਆਂ ਦੇ। ਓ ਇੱਧਰ ਵੱਡੇ ਸ਼ੈਫ ਵੀ ਪਹੁੰਚੇ ਹੋਏ ਆ, ਡੈਡੀ ਜੀ ਪੂਰੀ ਹੈਲਪ। ਯਾਰ ਇੱਕ ਗੱਲ ਹੈਗੀ, ਡੈਡੀ ਜੀ ਮੰਮੀ ਤੁਹਾਡੀ ਪੂਰੀ ਹੈਲਪ ਕਰਦੇ ਜੀ। ਕਰਾਉਣੀ ਚਾਹੀਦੀ ਆ ਜਦੋਂ ਖਾਣ ਦੀ ਕਰਨੀ ਆ ਤਾਂ ਨਾਲ। ਜੇ ਰਿਸ਼ਤਾ ਕਿਆ ਕਹਿਲਾਤਾ ਹੈ, ਜੇ ਕਰਨਗੇ ਤੇ ਵਧੀਆ ਰਹਿਣਗੇ। ਕਪਲ ਮੇਡ ਫॉर ਈਚ ਅਦਰ, ਵਾਓ। ਆਹ ਹੀ ਚੰਗੇ ਸੋਖੇ ਰਹੀਦਾ, ਨਾਲੇ ਗੱਲਾਂ ਬਾਤਾਂ ਕਰ ਲਈਦੀਆਂ, ਨਾਲੇ ਲੜ ਲਈਦਾ। ਯਾਰ ਪਕੌੜੇ ਪੂਰੇ ਯਮੀ ਬਣ ਰਹੇ, ਆਇਓ ਜਿਨੇ ਜਿਨੇ ਖਾਣੇ। ਬੈਂਗਣ ਵਾਲੇ, ਪਨੀਰ ਵਾਲੇ, ਗੋਭੀ ਵਾਲੇ, ਫਰੈਸ਼ ਪਕੌੜੇ। ਬੇਬੇ ਅੱਜ ਕੌਣ ਆ ਰਿਹਾ ਘਰੇ? ਅੱਜ ਆਸਟ੍ਰੇਲੀਆ ਆ ਰਿਹਾ ਸਾਰਾ ਹੀ। ਆਸਟ੍ਰੇਲੀਆ ਸਾਰਾ ਮੁਗਲੀ ਹੋਣੀ ਆ ਰਹੇ ਆ। ਉਹ ਬੜਾ ਕਿਊਟ ਆ ਬੇਬੇ, ਤੂੰ ਤੇ ਕਦੇ ਵੇਖਿਆ ਨਹੀਂ ਨਾ, ਪਹਿਲੀ ਵਾਰੀ ਵੇਖਣਾ ਨਾ, ਵੀਡੀਓ 'ਚ ਹੀ ਵੇਖਿਆ ਬੇਬੇ। ਵੀਡੀਓ 'ਚ ਵੇਖਿਆ, ਗੁਗਲੀ ਮੁਗਲੀ ਆਊਗੀ ਚੱਕਣ ਨੂੰ, ਜੀ ਕਰਦਾ। ਹਾਂ ਹਾਂ, ਚੱਕਿਆ ਨਹੀਂ ਜਾਂਦਾ, ਜੀ ਤਾਂ ਬੜਾ ਕਰਦਾ ਨੂੰ ਚੱਕਣ ਨੂੰ। ਚੱਲ ਆਉਣ ਵਾਲੇ ਆ, ਅੱਜ ਆਉਣਾ ਮਾਮੇ ਹੋਣਾ ਨੇ। ਜੀ ਆਇਆਂ ਦੇ ਧੰਨ ਪਾ ਗਿਆ ਭਰਾਵਾ, ਜੀ ਆਇਆਂ ਦੇ ਧੰਨ। ਦੀਵਾਲੀ ਲੈ ਕੇ ਜੀ ਆਇਆਂ ਦੇ। ਨਹੀਂ ਲੱਗਦਾ ਦੂੰਗੇ, ਲੜ ਪਏ ਲੜ ਪਏ ਲੜ ਪਏ। ਕੀ ਹੋਇਆ? ਉਹ ਨਾਰੀਅਲ ਐਡੇ ਵੱਡੇ ਵੱਡੇ, ਮੈਂ ਕਿਹਾ ਕੱਟ ਦੋ, ਚਲ ਨਾਰੀਅਲ ਪੀ ਲੈਣਗੇ। ਜਿੰਨਾ ਦੀ ਅਸੀਂ ਵੇਟ ਕਰਦੇ ਹਾਂ ਉਹ ਹੁਣ ਤੱਕ ਨਹੀਂ ਆਏ। ਬੇਬੇ ਕਹਿ ਦੀ ਵੇਟ ਕਰਨੀ ਇੰਨੀ ਔਖੀ ਆ, ਬਹੁਤ ਔਖੀ ਆ, ਬੋਰ ਹੋ ਗਏ ਅਸੀਂ ਤਾਂ। ਉਹ ਤਾਂ ਦੁਪਹਿਰ ਦੇ ਕਹੀ ਜਾਂਦੇ ਆਉਣੇ ਆਉਣੇ ਆ, ਹੁਣ ਅੱਧੇ ਘੰਟੇ ਤੱਕ ਤੁਰਨਾ, ਹੁਣ ਆ ਗਏ ਹੁਣ ਆ ਗਏ, 3 ਵੱਜ ਗਏ ਟਿਕਟ ਨਹੀਂ ਬੌੜੇ। ਚਲੋ ਕਰ ਨਹੀਂ ਸਕਦੇ ਕੁਝ, ਕਹਿ ਵੀ ਨਹੀਂ ਸਕਦੇ ਹੁਣ ਬੇਬੇ, ਆਪਾਂ ਵੀ ਉਹਨਾਂ ਨਾਲ ਉਦਾਂ ਹੀ ਕਰਨਾ ਜਿਵੇਂ ਉਹਨਾਂ ਨੇ ਕੀਤਾ ਨਾ, ਉਹ ਚਾਹੀਦੇ ਵੀ ਉਵੇਂ ਕਰ। ਲੇਟ ਹੀ ਜਾਣਾ ਜਦੋਂ ਆਪਾਂ ਨੂੰ ਕਹਿੰਦਾ, ਆਪਾਂ ਵੀ ਲਾਰੇ ਹੋਣ ਆ ਗਏ, ਹੋਣ ਆ ਗਏ, ਜਾਣਾ ਹੀ ਨਹੀਂ। ਬਸ ਚੜੇ ਹੁਣ ਉਤਰੇ, ਚੜਨ ਲੱਗੇ, ਚੜਨ ਲੱਗੇ, ਚੜ ਲੈ। ਵੇਹਦੇ ਵੇਹਦੇ ਅੱਖਾਂ ਪੱਕੀਆਂ, ਨਾ ਮਾਈਨ ਤੇ ਨਾ ਗੁੱਲੀਆਂ ਪੱਕੀਆਂ। ਇਹਦਾ ਕੀ ਮਤਲਬ? ਵੀ ਨਾ ਉਹ ਆਈ ਤੇ ਨਾ ਰੋਟੀਆਂ ਹੀ ਪਕਾਈਆਂ। ਜਦੋਂ ਉਹ ਆਏ ਨਾ ਉਦੋਂ ਆਪਾਂ ਉਹਨਾਂ ਨੂੰ ਕਹਿਣਾ, ਠੀਕ ਆ, ਆਈ ਕਹਿਣਾ। ਬਹੁਤ ਵੇਟ ਕਰਾਈ ਤੁਸੀਂ, ਪੈਰੀ ਪੈਨੇ ਜੀ ਮਾਮੂ ਹੱਥ ਲਾਉਣੇ। ਰੋ ਪਿਆ ਸਤਿ ਸ਼੍ਰੀ ਅਕਾਲ ਜੀ। ਹਾਂ ਜੀ, ਕਿਵੇਂ ਹੋ?
ਓਏ ਗੁਗਲੇ ਡਾਲਰ ਡਾਲਰ ਉਧਰ ਚੂਹੀਆਂ ਫੜਨ ਲੱਗ। ਹਾਂਜੀ ਹਾਂ ਲਓ ਸਮਾਨ ਕੱਢ ਲਈਏ। ਓ ਖੁਸ਼ ਹੋ ਗਿਆ ਡਾਲਰ ਉਰੇ ਆ ਡਾਲਰ ਆ ਦੇਖੋ ਕੌਣ ਆ जोरे इधर भी पहुंच जा आवे आवे ਬੇਬੇ ਬਹੁਤ ਵੇਟ ਕਰਾਈ ਇਹਨਾਂ ਨੇ ਜਿਉਂ ਅਸੀਂ ਤਾਂ ਜਿਉਂ ਅਸੀਂ ਤਾਂ ਬੈਠੇ ਜਿਉਂ ਬੈਠੇ ਹੌਣ ਆਉਂਦੇ ਹੋਰ ਮੇਰੇ ਮੈਂ ਕਿਹਾ ਜਹਾਜ਼ ਹੀ ਨਹੀਂ ਮਿਲਿਆ ਉਸੇ ਨੇ ਸਾਡੇ ਬਹੁਤ ਵੇਟ ਕਰਾਉਂਦੇ ਵੇਟ ਕਰਾਈ ਉਹਨੇ ਇੰਨੀ ਵੇਟ ਕਰਾਉਂਦਾ ਜਹਾਜ਼ ਹੀ ਨਹੀਂ ਮਿਲਿਆ ਉਹਨਾਂ ਨੂੰ ਹੋਰ ਠੀਕ ਹੈ ਭੈਣ ਜੀ ਨੂੰ ਮਿਲੋ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ गुगले ये लग गया कि मैं क्या ही ना बच्चे इधर ना भी खोज रहे हैं यार जुरावा अरे बेबे गुगले आज ट्रैक्टर रख दे बेबे मामा फटा दो बेबे गुगले आज गुगले ਜੋਰੇ ਨੂੰ ਹੈਗੀ ਆ ਮਿੱਠੀ ਲੱਸੀ ਪਸੰਦ ਵੇਖੋ ਨੇਰੀ ਲਿਆਉਂਦਾ ਇਹਦੀ ਪੀ ਲੋ ਪੀ ਲੋ ਪੀ ਲੋ ਇਹ ਸਾਰੀ ਖਿੱਚ ਜਾਣੀ ਖਿੱਚ ਲੋ ਜੋ ਇਹ ਉਹ ਖਿੱਚ ਗਈ ਸਾਰੀ ਅੰਮਾ ਇਹਨਾਂ ਗੁੱਲੀਆਂ ਬੱਕੀਆਂ ਗੋਲ ਨਹੀਂ ਪੜਿਆ ਆਪਣਾ ਤੇ ਲੈ ਫਿਰ ਰੋਟੀਆਂ ਪਕਾ ਦਿਆ ਅਸੀਂ ਆ ਕੇ ਆਏ ਆ ਬੇਬੇ ਵੇਖ ਲੈ ਕਿੰਨੇ ਘੰਟੇ ਵੇਟ ਕਰਾਈ ਆਪਾਂ आप भी खा ला टिड्डिया जा सारे नु वंडी जांदा ए ओ क्या दसो कड लो कड लो मेन चीजा दे ओ माय गॉड लै जो डब्बे लै जो मेन चीजा दे होण आईयां ए वापस नहीं लैके जाने इत्थे छड्ड के जाने की रह गया मैं चक लिया नहीं मैं खड़दी हां तू भाजी रह गई ਤੁਹਾਡਾ ਭਲਾ ਉਹ ਵਿਆਹ ਤੇ ਗਏ ਉਹ ਭਾਜੀ ਰਹਿ ਗਈ ਚਲ ਆ ਜਾਓ ਬਾਜੀ ਵਾ ਬੇਬੇ ਇਹ ਤੇ ਇੰਨਾ ਕੁਝ ਲੈ ਆਏ ਆ ਤਾਂ ਦੱਸ ਇੰਨਾ ਕੁਝ ਲਿਆਉਣਾ ਸੀ ਇੱਥੇ ਤੇਰੀ ਆ ਸਾਰੀ ਕਿਉਂ ਜਾਉਣੀ ਨਹੀਂ ਸੀ ਤੂੰ ਤਾਂ ਟੇਬਲ ਵੀ ਛੋਟਾ ਪੈ ਗਿਆ ਤਾਂ ਦੱਸ ਬੇਬੇ ਇਹ ਪਟਾਕੇ ਵੀ ਲੈ ਕੇ ਆਈ ਆਪਾਂ ਚਲਾ ਹਰਮਨ ਪਟਾਕੇ ਚਲਾਉਂਦਾ ਹੀ ਆ ਉਹ ਲੈ ਕੇ ਆਇਆ वाओ वाओ ले इधर आज पढ़ो जी थैंक यू सो मच नहीं यार थैंक यू बड़ा बड़ा चक के देखो हाँ अपना बेबे महीना निकल जाना ही नहीं यार थैंक यू सो मच थैंक यू ऑस्ट्रेलिया थैंक यू मम्मी इधर दिवाली चेक कर और की और की दिवाली दे इन्हें सारे मामा ही कितने टाइम बाद आए दिवाली लेके 14 साल हो गए बेबे ने पढ़ भी ले बेबे बापू का मैचिंग करके
ਔਰ ਥੈਂਕ ਯੂ ਲੈ ਯਾਰ ਇਹਦੀ ਇੰਨਾ ਕਸ਼ਟ ਕਾਹਦੇ ਲਈ ਕਰ ਆ ਮੈਂ ਪਾ ਕੇ ਤਾਂ ਰੰਗ ਸਿਲੈਕਟ ਕੀਤਾ ਥੈਂਕ ਯੂ ਲੈ ਤੂੰ ਥੈਂਕ ਚੋਰੂ ਨਹੀਂ ਇਹ ਨਹੀਂ ਲੈਣੇ ਇਹ ਨਹੀਂ ਲੈਣੇ ਮੰਮੀ ਨਾ ਵੀ ਕਰ ਦਿਆ ਕਰੋ ਲਓ ਵੀ ਪਕੌੜੇ ਹਾਜ਼ਰ ਆ ਇੱਕ ਵੈਰਾਈਟੀ ਰਹਿ ਗਈ ਮਾਮਾ ਜੀ ਪਨੀਰ ਵਾਲੇ ਬੈਂਗਨ ਗੋਭੀ ਬਰਫੀ ਬਰਫੀ ਪਨੀਰ ਲਿਆ ਦੋ ਨੇਰੀ ਇਹ ਵਿਚਾਰਾ ਇੰਡੀਆ ਪਹਿਲੀ ਵਾਰੀ ਆਇਆ ਰੈਂਬੋ ਨੂੰ ਵੇਖ ਕੇ ਬੜਾ ਖੁਸ਼ ਹੋਇਆ ਤੇ ਮੱਝਾਂ ਨੂੰ ਵੇਖ ਕੇ ਬੜਾ ਖੁਸ਼ ਹੋਇਆ ਉਂਝ ਆਉਂਦਾ ਨੀ ਹੁਣ ਕਾਕਾ ਗੁਗਲੀ ਓਏ ਨਾਨੀ ਕਿੱਦਾਂ ਬਣੇ ਮਾਮੀ ਸਵਾਦ ਲੱਗ ਬੇਬੇ ਕਰਦੇ ਪਏ ਤੁਸੀਂ ਬਹੁਤ ਜ਼ਿਆਦਾ ਸਵਾਦ ਆ ਬਹੁਤ ਨੰਦੀ ਆ ਹਾਂ ਬਸ ਇਦਾਂ ਹੀ ਕਹਿਣਾ ਪਾ ਦੋ ਟਾਪ ਗੇਰ ਜੋਰੇ ਪਾ ਦੇ ਟਰਨ 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 ਇਹ ਪੂਰਾ ਖੁਸ਼ ਆ ਜੋਰਾ ਸਾਡਾ ਆ ਗਏ ਇੰਡੀਆ ਟੂਰ ਪੂਰਾ ਸਕਸੈਸਫੁਲ ਚੱਲ ਰਿਹਾ ਇਹਦਾ ਚਿੱਟਾ ਚੌਂਤਰਾ ਗੁਲਾਬੀ ਕੰਧਾਂ ਮੇਰੀਆਂ ਵੇ ਵੀਰਾ ਕੀਰਾ ਭੁੱਲ ਨਾ ਜਾਈ ਚਿੱਟਾ ਚੌਂਤਰਾ ਗੁਲਾਬੀ ਕੰਧਾਂ ਮੇਰੀਆਂ ਵੀਰਾ ਦੇ ਉਧਰ ਖੇਡੀ ਜਾਂਦਾ ਵੀਰ ਜੀ ਤੁਹਾਡੇ ਤੇ ਮਾਮੂ ਵੀਰਾ ਤੇਰੀ ਜੜ ਲੱਗੇਗੀ ਵੇ ਮੈਂ ਨਿੱਤ ਵਰੂਏ ਜਲ ਪਾਵਾਂ ਵੀਰਾ ਤੇਰੀ ਜੜ ਲੱਗੇਗੀ ਮੈਂ ਨਿੱਤ ਵਰੂ ਤੀਜਾ ਮੇਰਾ ਜੋ ਜੜ ਮਾਪਿਆਂ ਦੀ ਪੁੱਤ ਵੀਰ ਦਾ ਭਤੀਜਾ ਮੇਰਾ ਬੁਆ ਕਹਿ ਕੇ ਮੱਥਾ ਟੇਕਦਾ ਜਾਗੋ ਕੱਢਣ ਲੱਗੇ ਇੱਥੇ ਮਾਲ ਬਣਾ ਦਿੰਦੇ ਨਾ ਪੂਰਾ ਜਾਗੋ ਆ ਪੌੜੀ ਚੜ ਜਾ ਓਏ ਗੁਗਲੀ ਵੀ ਆਈ ਵਾਹ ਜੀ ਵਾਹ ਕਿਆ ਬਾਤਾਂ ਕਿਆ ਬਾਤਾਂ ਵਾਹ ਜੀ ਵਾਹ ਵਾਹ ਜੀ ਵਾਹ ਬੜਾ ਤੇਜ਼ ਆ ਪੈਸੇ ਉਹਦੇ ਬਣ ਲੈ ਬੇਬੇ ਤੋਂ ਆਓ ਲੈ ਤੂੰ ਆਰਾਮ ਤੇ ਫੜ ਲੈਣਾ ਪੈਸੇ ਓਏ ਚਲ ਠੀਕ ਹੈ ਜੀ ਓਕੇ ਬਾਏ ਠੀਕ ਹੈ ਮਾਮੂ ਓਕੇ ਜੀ ਓਕੇ ਠੀਕ ਹੈ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਲੱਗਾ ਤੁਸੀਂ ਆਏ ਸਾਨੂੰ ਵੀ ਬਹੁਤ ਵਧੀਆ ਲੱਗਿਆ ਕੀ ਵਧੀਆ ਲੱਗਾ ਅਸੀਂ ਇੱਥੇ ਆਏ ਚਲੋ ਠੀਕ ਹੈ ਠੀਕ ਹੈ ਜੀ ਓਕੇ ਸਤਿ ਸ਼੍ਰੀ ਅਕਾਲ ਪੈਰੀ ਪੈਨੇ ਓਕੇ ਬਾਏ ਆ ਗਿਆ ਜੀ ਕਹਿੰਦੇ ਮੇਲ ਡਾਲਕਾ ਆ ਗਿਆ ਜੀ ਲਓ ਮਿੱਤਰੋ ਹੁਣ ਆਪਾਂ ਟੋਕਰੀ ਖੋਲਾਂਗੇ ਆ ਸਾਰਾ ਸਮਾਨ ਆ ਜਿਹੜਾ ਇਹਨੂੰ ਅਨਬਾਕਸਿੰਗ ਕਰਾਂਗੇ ਆਪਾਂ ਖੋਲੀਏ ਫਿਰ ਫੁੱਲਾਂ ਭਰੀ ਚੇਂਗੇ ਰੇਗ ਬੁੱਲ ਲੋੜੀ ਦਾ ਐਸ ਵੇ ਦੇ ਨਾਲ ਮਾਮਾ ਲੋੜੀ ਦਾ ਐਸ ਵੇ ਦੇ ਨਾਲ ਮਾਮਾ ਲੋੜੀ ਦਾ ਚਲ ਆਓ ਮਿੱਤਰੋ ਮਾਮਾ ਦਿਖਾਓ ਬੇਬੇ ਖੋਲੀਏ ਫਿਰ ਖੋਲੋ ਚਲੋ ਚੱਕ ਦੋ ਕੰਮ ਖੋਲ ਦੇ ਫਿਰ ਬੇਬੇ ਮਾਮਾ ਤਾਂ ਹਮੇਸ਼ਾ ਹੀ ਚਾਹੀਦਾ ਹੁੰਦਾ ਹੈ ਨਾ ਹਾਂ ਵੈਰੀ ਗੁੱਡ ਬੜਾ ਬੜੀ ਘੈਂਟ ਦੀਵਾਲੀ ਆ ਆ ਵੀ ਸਮਾਨ ਤੁਹਾਨੂੰ ਸਾਰਾ ਦਿਖਾਵਾਂਗੇ ਪਹਿਲਾਂ ਆ ਖੋਲ ਲਈਏ ਕਰਾਂਗੇ ਬੜੀ ਪੈ ਗਈ ਤੇ ਚੱਕ ਦੋ ਇਹ ਓ ਮਾਈ ਗੋਡ ਘੱਟੋ ਘੱਟ 15-20 ਕਿਲੋ ਮੈਨੂੰ ਲਾ ਫਰੂਟ ਹੀ ਲੈ ਜਾਂਦਾ ਹੁਣ ਵਾਹ ਜੀ ਵਾਹ ਵਾਹ ਜੀ ਵਾਹ ਚੱਕ ਦੋ ਬੇਬੇ ਘਰਾਂ ਦੀ ਕੰਮ ਇੰਨੀ ਭਰ ਕੇ ਲਿਆਏ ਹਨਾ ਉਹ ਉਛਲਦੀ ਪਈ ਵਾਹ ਜੀ ਵਾਹ ਸੇਬ ਕਿਨੂੰ ਬੇਬੇ ਰੇੜੀ ਲੱਗ ਜਾਣੀ ਇੰਨੇ ਦੇ ਵਾਹ ਜੀ ਵਾਹ ਕਿਆ ਬਹੁਤ ਸੋਹਣੀ ਯਾਰ ਡੈਕੋਰੇਸ਼ਨ ਵਾਹ ਅਨਾਰ ਸੇਬ ਕੇਲੇ ਅਕੇਲੇ ਨੀ ਸਾਰਾ ਕੁਝ ਯਾਰ ਬਹੁਤ ਲਓ ਮਿੱਤਰੋ ਆ ਗਿਆ ਆਪਣੇ ਪਟਾਕੇ ਆ ਬੜੀ ਘੈਂਟ ਚੱਕਰੀ ਉੱਡਦੀ ਹਵਾ ਚ
ਤੇ ਆ ਗਈਆਂ ਆਪਣੀਆਂ ਛੁਰਲੀਆਂ ਧਮਾਕੇ ਆ ਗਈਆਂ ਓ ਸ਼ਿਆਕੋ ਜੀ ਆ ਤੇ ਯਾਰ ਖੋਲਣ ਨੂੰ ਨੀ ਜੀ ਕਰ ਇਹ ਐਂ ਰਹਿਣ ਦੀ बेबे का सूट आ बापू का कुर्ता पजामा आ मम्मी का सूट ते डैडी का कुर्ता पजामा ते आ मेरा फेवरेट कलर पग वाज बड़ा वधिया लगा यार मामा जी दिवाली लै गए मामा जी बड़े टाइम बाद आए पर बड़ी खुशी हुई आए ओ तो जोड़ी जांदे सी ਵੀ ਖੋਸੀ ਦਵਾਈ ਲੈ ਕੇ ਜਾਣੀ ਤੇ ਵਾਹ ਵਾਹ ਸਮਾਨ ਇਕੱਠਾ ਕਰ ਲਏ ਸੋ ਇਦਾਂ ਹੀ ਸਾਰਿਆਂ ਦੇ ਰਿਸ਼ਤੇਦਾਰ ਸਾਰਿਆਂ ਦੇ ਮਾਮੇ ਮਾਸੀਆਂ ਨਾਨਾ ਨਾਨੀ ਆਉਂਦੇ ਰਹਿਣ ਤੇ ਖੁਸ਼ ਰਹੋ ਸਾਰੇ ਜਾਣੇ ਮਾਲਕ ਸਾਹਿਬ ਨੂੰ ਚੜ੍ਹਦੀ ਕਲਾ ਜੀ ਰੱਖੀ ਸੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੇ ਵਲੌਗ ਵਧੀਆ ਲੱਗਾ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਥੈਂਕ ਯੂ ਲਵ ਯੂ ਲਵ ਯੂ ਟੂ